ਮਾਣਯੋਗ DGP ਸਾਹਿਬ ਅਤੇ SSP ਸਾਹਿਬ ਦੀਆਂ ਜਿਹੜੇ ਸਮਗਲਰਾਂ ਦੇ ਖਿਲਾਫ ਵਿਧੀ ਹੋਈ ਮਹਿਮ ਨੂੰ ਇੱਕ ਵੱਡਾ ਉਸ ਸਮੇਂ ਪ੍ਰਾਪਤੀ ਹੋਈ ਸਾਨੂੰ ਜਦੋਂ ਅਸੀਂ ਮਿਤੀ 5-1 ਨੂੰ ਜਿਹੜਾ ਹੈਗਾ ਇਹ ਦਲਬੀਰ ਸਿੰਘ ਦੱਲੂ ਆ ਗੱਟੀ ਬਸਤਾਂ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ 250 ਜਿਹੜੀ ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਲੱਖੋ ਕੇ ਬਹਿਰਾਮ ਪਰਚਾ ਦਰਜ ਕਰਾਇਆ ਸੀ ਇਹਦੇ ਖਿਲਾਫ ਅਤੇ ਉਹ ਪੁੱਛ ਗਿੱਛ ਲਏ ਅਤੇ ਮੁੜ ਕੇ ਪੁਲਿਸ ਰਿਮਾਂਡ ਦੇ ਵਿੱਚ ਚੱਲ ਰਿਹਾ ਸੀ ਅਤੇ ਇਹਨੇ ਆਪਣੇ ਦੱਸਿਆ ਕਿ ਇਸ ਤਰ੍ਹਾਂ ਤਾਰੋ ਪਾਰ ਜਿਹੜਾ ਹੈਗਾ ਹੁਸੈਨੀ ਵਾਲੇ ਬਾਰਡਰ 'ਤੇ 191 ਨੰਬਰ ਫੁਰਜੀ ਆ ਅਤੇ ਉੱਥੇ 5 ਪੈਕਟ ਹੋਰ ਮੇਰੇ ਕੋਲ ਹੈਗੇ ਨੇ ਇੱਕ ਪਿਸਟਲ ਆ 2 ਮੈਗਜ਼ੀਨ ਵੀ ਹੈਗੇ ਆ 1100 ਕਰੰਸੀ ਹੈਗੀ ਆ 18 ਰਾਊਂਡ ਵੀ ਹੈਗੇ ਨੇ ਅਤੇ ਇਹਦੇ ਦੱਸੇ ਹੋਏ ਮੁਤਾਬਕ ਅਸੀਂ ਫਿਰ BSF ਨਾਲ ਤਾਲਮੇਲ ਕੀਤਾ ਔਰ ਤਾਰੋ ਪਾਰ ਜਾ ਕੇ ਇਹਦੀ ਦੱਸੀ ਹੋਈ ਜਗ੍ਹਾ ਤੋਂ ਜਿਹੜੀ ਹੈਗੀ ਹੈ ਇਹ 5 ਪੈਕਟ ਜਿਹੜੇ ਅਤੇ ਪਿਸਟਲ ਕਰੰਸੀ ਇਹ ਮੈਗਜ਼ੀਨ ਬਰਾਮਦ ਕਰਵਾਈ। ਕਰੰਸੀ ਕਿੰਨੀ ਹੈ ਸਰ? 1100 ਰੁਪਏ ਪਾਕਿਸਤਾਨੀ ਕਰੰਸੀ ਹੈ। ਸਰ ਕਿੱਦਾਂ ਗੱਲਬਾਤ ਕਰਦਾ ਹੈਗਾ ਸੀਗਾ ਉੱਧਰ ਪਾਕਿਸਤਾਨੀ ਤਸਕਰਾਂ ਨਾਲ, ਕਿੱਦਾਂ ਟਾਈ ਅਪ ਕਰਦਾ ਸੀ? ਇਹ ਵਟਸਐਪ ਕਾਲ ਹੀ ਕਰਦੇ ਆ, ਵਟਸਐਪ ਕਾਲ ਕਰਦੇ ਆ। ਸਰ ਇਹ ਕਿਹੜੀ ਜਗ੍ਹਾ ਜਿਹੜੀ ਰਿਟੀਰ ਸੈਰੇਮਨੀ ਹੈ ਹੁਸੈਨੀ ਵਾਲਾ ਦੀ, ਉੱਥੋਂ ਖੜਿਆ ਗਿਆ? ਬਸ ਉਸਦੇ ਨਜ਼ਦੀਕ ਹੀ ਆ, ਨਜ਼ਦੀਕ ਆ, ਉਸ ਤੋਂ ਨਹੀਂ ਉਸ ਤੋਂ ਸਾਈਡ 'ਤੇ ਆ, ਨਜ਼ਦੀਕ ਆ। ਇਹ ਜ਼ਮੀਨ 'ਚ ਦੱਬੀ ਹੋਈ ਸੀ ਕਿਵੇਂ? ਹਾਂ, ਜ਼ਮੀਨ 'ਚ ਦੱਬੀ। ਸਰ ਇਹ ਜਿਹੜੀ ਜ਼ਮੀਨ ਸੀ ਇਸ ਦੀ ਸੀ ਜਾਂ ਇਹ ਜਾਂਦਾ ਕਿਵੇਂ ਸੀਗਾ? ਨਹੀਂ, ਇਹ ਪੁੱਛ ਗਿੱਛ ਜੇ ਚੱਲ ਰਹੀ ਆ ਪਤਾ ਕੀਤਾ ਜਾਊਗਾ ਕਿ ਜ਼ਮੀਨ ਕਿਸ ਦੀ ਸੀ। ਸਰ ਇੱਕ ਵੱਡਾ ਸਵਾਲ ਹੈ ਕਿ ਹੁਣ ਜਿਹੜੀ ਪਾਕਿਸਤਾਨ ਵੱਲੋਂ ਹਲਚਲ ਕਾਫੀ ਦੇਰ ਸ਼ੁਰੂ ਹੋ ਚੁੱਕੀ ਹੈ ਕਿਉਂਕਿ 5 ਤਸਕਰ ਜਿਹੜੇ ਹੋਰ ਫੜੇ ਗਏ ਆ। ਨਹੀਂ, ਇਹ ਮਤਲਬ ਉਹੀ ਹੈ ਸਮਗਲਰਾਂ ਨੇ ਜਿਹੜੀ ਹੈਗੀ ਆ ਵੀ ਉਹਨਾਂ ਨੂੰ ਪਤਾ ਵੀ ਸਾਰੀ ਜਿਹੜੀ ਪੁਲਿਸ ਵੀ ਉਸ ਪਾਸੇ ਲੱਗੀ ਹੋਈ ਆ, ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਔਰ SSP ਮਾਨਯੋਗ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਜਿਹੜੇ ਬਾਰਡਰ ਦੇ ਨਾਲ ਨਾਲ ਅਸੀਂ ਕਾਫੀ ਆਪਣੀਆਂ ਵੀ ਜਿਹੜੀਆਂ ਹੈਗੀਆਂ ਪੁਲਿਸ ਦੀ ਜਿਹੜੀ ਪੈਟਰੋਲਿੰਗ ਲਾਈ ਹੋਈ ਹੈ ਤਾਂ ਜੋ ਇਹਨਾਂ 'ਤੇ ਨਿਗਾਹ ਰੱਖੀ ਜਾ ਸਕੇ।